Good morning students, I am Rashmi, your Punjabi teacher. Today we will read chapter 7, its poem Ji Kaho Te Ji Kaho. Firstly, we will discuss about the poem's meaning. Ji Kaho means "other Sab Nar, Respect narbolo. Speak softly with each other because one who respects others, others also respect them. This is a give and take process. Speak softly. and you will see the magic in your words in this lesson i will teach you about why it is necessary to give respect firstly in this chapter lesson is chapter vich dassya gaya hai ki ji kan nal kinni izzat milti hai us bare bayan kita gaya hai कि ਸਾਨੂੰ ਹਮੇਸ਼ਾ ਹਰ ਕਿਸੇ ਨਾਲ ਜੀ ਕਹਿ ਕੇ ਹੀ ਗੱਲ ਕਰਨੀ ਚਾਹੀਦੀ ਹੈ ਜੀ ਕਹਿੰਦੀ ਸਿੱਖਿਆ ਦਿੱਤੀ ਗਈ ਹੈ ਜਿਸ ਨਾਲ ਸਾਨੂੰ ਇੱਜ਼ਤ ਤੇ ਮਾਣ ਮਿਲਦਾ ਹੈ ਤੂੰ ਕਹਿਣ ਨਾਲ ਨਿਰਾਦਰ ਮਿਲਦਾ ਹੈ ਜੀ ਕਹੋ ਤੇ ਜੀ ਕਹਾਓ ਦੁਨੀਆ ਦੇ ਵਿੱਚ ਆਦਰ ਪਾਓ ਜੀ ਆਖਣ ਜੋ ਬਨਨ ਮਹਾਨ ਜਗ ਵਿੱਚ ਬਹੁਤਾ ਪਾਉਂਦੇ ਮਾਣ ਸਦਾ ਸਦਾ ਜੀ ਨੂੰ ਅਪਣਾਓ ਜੀ ਕਹੋ ਤੇ ਜੀ ਕਹਾਓ ਜਦੋਂ ਆਪਾਂ ਕਿਸੇ ਨਾਲ ਜੀ ਕਹਿ ਕੇ ਗੱਲ ਕਰਦੇ ਹਾਂ ਤੇ ਸਾਨੂੰ ਵੀ ਅੱਗੋਂ ਐਕਸੈਪਟ ਅਸੀਂ ਅੱਗੋਂ ਆਸ਼ਾ ਰੱਖਦੇ ਹਾਂ ਕਿ ਸਾਨੂੰ ਵੀ ਜੀ ਕਹਿ ਕੇ ਹੀ ਕੋਈ ਗੱਲ ਕਰੇ ਇਸ ਲਈ ਆਪਾਂ ਜੀ ਕਹਿਣਾ ਹੈ ਤੇ ਸਾਨੂੰ ਵੀ ਤੋ ਕਿ ਜੀ ਹੀ ਕਹਿ ਕੇ ਬੁਲਾਣਗੇ ਦੁਨੀਆ ਦੇ ਵਿੱਚ ਆਦਰ ਪਾਓ ਆਦਰ ਮਤਲਬ ਮਾਨ ਇੱਜ਼ਤ ਜੀ ਕਹਿ ਕੇ ਦੁਨੀਆ ਦੇ ਵਿੱਚ ਇੱਜ਼ਤ ਮਿਲਦੀ ਹੈ ਜੀ ਆਖਣ ਜੋ ਬਨਨ ਮਹਾਨ ਠੀਕ ਹੈ ਜੀ ਆਖਣ ਨਾਲ ਜੀਵਨ ਦੇ ਵਿੱਚ ਬੰਦਾ ਮਹਾਨ ਬੰਦਾ ਹੈ ਮਤਲਬ ਵੱਡਾ ਬੰਦਾ ਹੈ ਜੱਗ ਵਿੱਚ ਬਹੁਤਾ ਪਾਉਂਦੇ ਮਾਨ ਦੁਨੀਆ ਦੇ ਵਿੱਚ ਜੱਗ ਵਿੱਚ ਮਤਲਬ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਮਾਨ ਮਿਲਦਾ ਹੈ ਸਦਾ ਸਦਾ ਜੀ ਨੂੰ ਅਪਣਾਓ ਜੀ ਕਹੋ ਤੇ ਜੀ ਕਹੋ ਸਾਨੂੰ ਸਦਾ ਸਦਾ ਮਤਲਬ ਹਮੇਸ਼ਾ ਹਮੇਸ਼ਾ ਸਾਨੂੰ ਜੀ ਕਹਿ ਕੇ ਹੀ ਹਰ ਕਿਸੇ ਨਾਲ ਗੱਲ ਕਰਨੀ ਚਾਹੀਦੀ ਹੈ ਸਾਨੂੰ ਅਗਰ ਅਸੀਂ ਕਿਸੇ ਨੂੰ ਜੀ ਕਹਾਂਗੇ ਤਾਂ ਸਾਨੂੰ ਵੀ ਰਿਸਪੈਕਟ ਮਿਲੇਗੀ ਜੀ ਕਹੋ ਸਭ ਕੁਝ ਹਾਸਲ ਹੁੰਦਾ ਜੀ ਕਹਿ ਮਨ ਵੀ ਸ਼ਾਂਤ ਰਹਿੰਦਾ ਜੀ ਕਹਿਣ ਨਾਲ ਸਾਨੂੰ ਹਰ ਇੱਕ ਚੀਜ਼ ਹਾਸਲ ਹੋ ਜਾਂਦੀ ਹੈ ਮਤਲਬ ਪ੍ਰਾਪਤ ਹੋ ਜਾਂਦੀ ਹੈ ਅਗਰ ਸਾਡਾ ਕੋਈ ਕੰਮ ਨਹੀਂ ਹੁੰਦਾ ਅਸੀਂ ਅਗਰ ਉਸ ਨੂੰ ਪਿਆਰ ਨਾਲ ਜੀ ਕਹਿ ਕੇ ਬੋਲਾਂਗੇ ਕੰਮ ਕਰਨ ਲਈ ਕਹਾਂਗੇ ਤਾਂ ਸਾਡਾ ਕੰਮ ਈਜ਼ੀਲੀ ਹੋ ਜਾਏਗਾ ਇਸ ਲਈ ਜੀ ਕਹਿਣ ਨਾਲ ਮਨ ਵੀ ਸ਼ਾਂਤ ਰਹਿੰਦਾ ਹੈ ਮਤਲਬ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਕਿਸੇ ਦੀ ਇੱਜ਼ਤ ਕੀਤੀ ਹੈ ਮਨ ਖੁਸ਼ ਰਹਿੰਦਾ ਹੈ ਜੀ ਕਹਿ ਨਫ਼ਰਤ ਦੂਰ ਪਜਾਓ ਜੀ ਕਹਿਣ ਨਾਲ ਨਫ਼ਰਤ ਦੂਰ ਹੁੰਦੀ ਹੈ ਲੜਾਈ ਝਗੜੇ ਨਹੀਂ ਹੁੰਦੇ ਕ੍ਰੀਨਾ ਨਹੀਂ ਵੱਧਦੀ ਠੀਕ ਹੈ ਜੀ ਕਹੋ ਤੇ ਜੀ ਕਹਾਓ ਇਸ ਲਈ ਸਭ ਨੂੰ ਜੀ ਨਾਲ ਜੀ ਕਹਿ ਕੇ ਬੋਲੋ ਤੇ ਜੀ ਹੀ ਅਖਵਾਓ ਤੂੰ ਤੂੰ ਹੁੰਦੀ ਖਰਵੀ ਬੋਲੀ ਜੀ ਵਿੱਚ ਹੁੰਦੀ ਮਿਸਰੀ ਕੋਲੀ ਤੂੰ ਤੂੰ ਹੁੰਦੀ ਖਰਵੀ ਬੋਲੀ ਮੀਨਸ ਜਦੋਂ ਆਪਾਂ ਕਿਸੇ ਨੂੰ ਤੂੰ ਤੂੰ ਕਹਿ ਕੇ ਬੋਲਦੇ ਹਾਂ ਚੰਗਾ ਨਹੀਂ ਲੱਗਦਾ ਖਰਵੀ ਬੋਲੀ ਦਾ ਮਤਲਬ ਫਿੱਕੀ ਬੋਲੀ ਕੜਵੀ ਬੋਲੀ ਜਿਸ ਦੇ ਵਿੱਚ ਕੋਈ ਸਵਾਦ ਨਹੀਂ ਹੁੰਦਾ ਜੀ ਵਿੱਚ ਹੁੰਦੀ ਮਿਸਰੀ ਕੋਲੀ ਜਦੋਂ ਅਸੀਂ ਕਿਸੇ ਨੂੰ ਜੀ ਕਹਿ ਕੇ ਬੋਲਦੇ ਹਾਂ ਤਾਂ ਉਸ ਵਿੱਚ ਮਿਸਰੀ ਕੋਲੀ ਵਰਗਾ ਸਵਾਦ ਆਉਂਦਾ ਹੈ ਮਿਸਰੀ ਕੋਲੀ ਮੀਨਸ ਮਿਠਾਸ ਕੋਲੀ ਤੂੰ ਤੂੰ ਆਖ ਨਾ ਕਦੇ ਬੁਲਾਓ ਜੀ ਕਹੋ ਤੇ ਜੀ ਕਹੋ ਸਾਨੂੰ ਕਦੀ ਕਿਸੇ ਨੂੰ ਤੂੰ ਤੂੰ ਕਹਿ ਕੇ ਨਹੀਂ ਬੋਲਣਾ ਚਾਹੀਦਾ ਤੂੰ ਸ਼ਬਦ ਬਹੁਤ ਬੁਰਾ ਲੱਗਦਾ ਹੈ ਤੇ ਇਸ ਇੱਜ਼ਤ ਘਟਦੀ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਉਸ ਦੀ ਵੀ ਤੇ ਜਿਸ ਨਾਲ ਆਪਾਂ ਗੱਲ ਕਰਦੇ ਹਾਂ ਤੇ ਆਪਣੀ ਵੀ ਇੱਜ਼ਤ ਘਟਦੀ ਹੈ ਤੂੰ ਤੂੰ ਕਹਿ ਕੇ ਜੋ ਬੁਲਾਵੇ ਇਸ ਦੇ ਨੇੜੇ ਕੋਈ ਨਾ ਜਾਵੇ ਜਦੋਂ ਆਪਾਂ ਕਿਸੇ ਨੂੰ ਤੂੰ ਤੂੰ ਕਹਿ ਕੇ ਬੋਲਦੇ ਹਾਂ ਤੇ ਕਿਸੇ ਨਾਲ ਤੂੰ ਕਹਿ ਕੇ ਗੱਲ ਕਰਦੇ ਹਾਂ ਤਾਂ ਉਸ ਦੇ ਨੇੜੇ ਕੋਈ ਨਹੀਂ ਜਾਂਦਾ ਉਸ ਨੂੰ ਸਾਰੇ ਕਰੀਨਾ ਕਰਦੇ ਹਨ ਨਫ਼ਰਤ ਕਰਦੇ ਹਨ ਤੂੰ ਸ਼ਬਦ ਨੂੰ ਮਾਰ ਮੁਕਾਓ ਜੀ ਕਹੋ ਤੇ ਜੀ ਕਾਓ ਤੂੰ ਸ਼ਬਦ ਨੂੰ ਆਪਣੀ ਜੀਵਨ ਦੀ ਡਿਕਸ਼ਨਰੀ ਦੇ ਵਿੱਚੋਂ ਕੱਢ ਦਿਓ ਉਸ ਨੂੰ ਉਸ ਦੀ ਵਰਤੋਂ ਨਾ ਕਰੋ ਤੇ ਜੀ ਨੂੰ ਹੀ ਸਦਾ ਅਪਣਾਓ ਤੇ ਜੀ ਕਹੋ ਤੇ ਜੀ ਕਾਓ ਜੀ ਵਿੱਚ ਹੁੰਦੇ ਮਿੱਠੇ ਬੋਲ ਸਭ ਪਾਸੇ ਪੈਂਦਾ ਹੈ ਮੋਲ ਜੀ ਬੋਲਣ ਨਾਲ ਮਿੱਠਾ ਲੱਗਦਾ ਹੈ ਉਸ ਦੀ ਮਿਠਾਸ ਨਿਕਲਦੀ ਹੈ ਮੂੰਹ ਦੇ ਵਿੱਚੋਂ ਤੇ ਹਰ ਪਾਸੇ ਕੀਮਤ ਪੈਂਦੀ ਹੈ ਕਿਉਂਕਿ ਜੋ ਜੀ ਕਹਿ ਕੇ ਬੋਲਦਾ ਹੈ ਉਸੇ ਦੀ ਹੀ ਕੀਮਤ ਵੱਧਦੀ ਹੈ ਉਸੇ ਨੂੰ ਹੀ ਲੋਕ ਪਿਆਰ ਕਰਦੇ ਹਨ ਉਸੇ ਦਾ ਹੀ ਇੱਜ਼ਤ ਮਾਨ ਕਰਦੇ ਹਨ ਜੀ ਕਹੇ ਆਪਣਾ ਮੁੱਲ ਪਵਾਓ ਜੀ ਕਹੋ ਤੇ ਜੀ ਕਹੋ ਜੀ ਕਹਿ ਕੇ ਆਪਣਾ ਮੁੱਲ ਪਵਾਓ ਆਪਣੀ ਕੀਮਤ ਪਵਾਓ ਕਿ ਅਸੀਂ ਕਿੰਨੇ ਚੰਗੇ ਹਾਂ ਜੀ ਕਹੋ ਤੇ ਜੀ ਕਾਓ ਦੂਜਿਆਂ ਨੂੰ ਜੀ ਕਹੋ ਤੇ ਆਪਣੇ ਆਪ ਨੂੰ ਵੀ ਜੀ ਕਾਓ ਬੱਚੇ ਇਸ ਚੈਪਟਰ ਦੇ ਵਿੱਚ ਬੇਟਾ ਇਹੀ ਦੱਸਿਆ ਗਿਆ ਹੈ ਕਿ ਜੀ ਬੋਲਣ ਦੇ ਬਹੁਤ ਸਾਰੇ ਲਾਭ ਹਨ ਜੀ ਬੋਲਣ ਨਾਲ ਸਾਨੂੰ ਇੱਜ਼ਤ ਮਿਲਦੀ ਹੈ ਠੀਕ ਹੈ ਮਿੱਠੀ ਬੋਲੀ ਹੁੰਦੀ ਹੈ ਕਰਵੀ ਬੋਲੀ ਨਹੀਂ ਹੁੰਦੀ ਹਨਾ ਤੇ ਆਪਣੇ ਜੀਵਨ ਦੇ ਵਿੱਚ ਇਸ ਦਾ ਮੋਲ ਪੈਂਦਾ ਹੈ ਆਪਾਂ ਨੂੰ ਇੱਜ਼ਤ ਮਿਲਦੀ ਹੈ ਠੀਕ ਹੈ ਨਫਰਤ ਦੂਰ ਭਜਦੀ ਹੈ ਮਨ ਸ਼ਾਂਤ ਰਹਿੰਦਾ ਹੈ ਠੀਕ ਹੈ ਕਰੀਨਾ ਦੂਰ ਹੁੰਦੀ ਹੈ ਲੜਾਈ ਝਗੜੇ ਦੂਰ ਹੁੰਦੇ ਹਨ ਠੀਕ ਹੈ ਇਸ ਲਈ ਸਾਨੂੰ ਤੂੰ ਦੀ ਜਗ੍ਹਾ ਤੇ ਜੀ ਜੀ ਕਹਿ ਕੇ ਹੀ ਸਭ ਨਾਲ ਗੱਲ ਕਰਨੀ ਚਾਹੀਦੀ ਹੈ ਜੀ ਕਹਿਣ ਨਾਲ ਜੀਵਨ ਦੇ ਵਿੱਚ ਆਦਰ ਮਿਲਦਾ ਹੈ ਜੀ ਕਹਿਣ ਨਾਲ ਨਫਰਤ ਦੂਰ ਹੁੰਦੀ ਹੈ ਮਿੱਠੀ ਬੋਲੀ ਹੈ ਹਨਾ ਸਭ ਪਾਸੇ ਮੁੱਲ ਪੈਂਦਾ ਹੈ ਇਸ ਲਈ ਸਾਨੂੰ ਹਮੇਸ਼ਾ ਜੀ ਕਹਿ ਕੇ ਹੀ ਗੱਲ ਕਰਨੀ Hai. Thank you. Have a nice day.